ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਆਪਣੇ ਚੈਨਲ ਯੂਟਿਊਬ ਫਾਰਮਰ 'ਤੇ ਤੁਹਾਡਾ ਸਵਾਗਤ ਹੈ ਅਤੇ ਅੱਜ ਆਪਾਂ ਗੱਲ ਕਰ ਰਹੇ ਹਾਂ ਮੱਕੀ ਦੇ ਨਦੀਨਾਂ ਬਾਰੇ। ਤੁਸੀਂ ਦੇਖ ਸਕਦੇ ਹੋ ਵੀ ਇਹ ਖੇਤ ਵਿੱਚ ਨਦੀਨ ਕਾਫੀ ਜ਼ਿਆਦਾ ਮਾਤਰਾ ਵਿੱਚ ਹੋ ਗਏ ਹਨ, ਤੁਹਾਨੂੰ ਨੇੜੇ ਤੋਂ ਦਿਖਾ ਦਿੰਦੇ ਹਾਂ। ਅਤੇ ਇਸ ਦੇ ਲਈ ਆਪਾਂ ਹੁਣ ਸਪਰੇਅ ਕਰ ਰਹੇ ਹਾਂ ਜਿਹੜੀ ਕਿ ਜਿਸਦਾ ਨਾਮ ਹੈ ਟੈਂਜਰ। ਇਹ ਸਪਰੇਅ ਕਰ ਰਹੇ ਹਾਂ, ਇਸ ਦਾ ਆਪਣੇ ਮੱਕੀ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਇਹ ਮੱਕੀ ਵਾਲੇ ਖੇਤਾਂ ਵਿੱਚੋਂ ਨਦੀਨਾਂ ਦਾ ਖਾਤਮਾ ਕਰ ਦਿੰਦੀ ਹੈ। ਤੁਸੀਂ ਦੇਖ ਸਕਦੇ ਹੋ ਵੀ ਇਹ ਮੋਟਰ ਆ ਅਤੇ ਇਸੇ ਮੋਟਰ ਦਾ ਤੁਹਾਨੂੰ ਜੋ ਰਿਜ਼ਲਟ ਹੈ ਉਹ ਖੇਤ ਦਾ ਉਹ ਤੁਹਾਨੂੰ ਦਿਖਾਵਾਂਗੇ ਸਪਰੇਅ ਕਰੀ ਤੋਂ 3-4 ਦਿਨ ਬਾਅਦ ਦਾ। ਤੁਸੀਂ ਦੇਖ ਸਕਦੇ ਹੋ ਵੀ ਤਕਰੀਬਨ ਸਾਰੇ ਖੇਤ ਵਿੱਚ ਹਨ ਨਦੀਨ। ਇਹ ਖੇਤ ਆਪਣੇ ਮੀਂਹ ਦੀ ਮਾਰ ਹੇਠ ਆ ਗਿਆ ਸੀ ਜਦੋਂ ਮੱਕੀ ਬੀਜੀ ਸੀ, ਤਾਂ ਉਹਦੇ ਕਰਕੇ ਸਪਰੇਅ ਥੋੜ੍ਹੀ ਲੇਟ ਹੋ ਗਈ ਅਤੇ ਕਾਫੀ ਨਦੀਨ ਹੋ ਗਏ। ਅੱਜ ਮੱਕੀ ਦੇ ਜਿਹੜੀ ਆਪਾਂ ਨਦੀਨਾਂ ਵਾਲੀ ਸਪਰੇਅ ਕਰੀ ਸੀ ਉਹਨੂੰ ਸਪਰੇਅ ਕਰੀ ਨੂੰ 4 ਦਿਨ ਹੋ ਗਏ ਅਤੇ ਰਿਜ਼ਲਟ ਤੁਹਾਡੇ ਸਾਹਮਣੇ ਆ। ਤੁਸੀਂ ਦੇਖ ਸਕਦੇ ਹੋ ਵੀ ਨਦੀਨ ਜਿਹੜੇ ਕੱਖ ਹੋਏ ਸੀ ਮੱਕੀ 'ਚੋਂ ਸਾਰੇ ਸੁੱਕਣੇ ਸ਼ੁਰੂ ਹੋ ਗਏ, ਤਕਰੀਬਨ ਉਹਨਾਂ ਦਾ ਰੰਗ ਪੀਲਾ ਪੈ ਗਿਆ। ਅੱਗੇ ਵੀ ਤੁਸੀਂ ਦੇਖ ਸਕਦੇ ਹੋ ਇਹ ਨਦੀਨ ਸੁੱਕਣੇ ਸ਼ੁਰੂ ਹੋ ਗਏ ਨੇ ਅਤੇ ਉਹੀ ਮੋਟਰ ਆ ਦੇਖ ਲਓ ਜਿਹੜੀ ਆਪਾਂ ਪਹਿਲਾਂ ਦਿਖਾਈ ਸੀ, ਉਹੀ ਖੇਤ ਆ। ਇਹ 4 ਦਿਨ ਦਾ ਰਿਜ਼ਲਟ ਆ ਅਤੇ ਆਉਣ ਵਾਲੇ 5 ਤੋਂ 4 ਦਿਨਾਂ ਦੇ ਵਿੱਚ ਵਿੱਚ ਇਹ ਤਕਰੀਬਨ ਸਾਰਾ ਹੀ ਸਾਫ਼ ਹੋਜੂ। ਹੁਣ ਇਹਨੂੰ ਦੁਬਾਰਾ ਪਾਣੀ ਲਾ ਰਹੇ ਹਾਂ ਕਿਉਂਕਿ ਇਹ ਦਵਾਈ ਹੈ ਜਿਹੜੀ ਇਹ ਗਿੱਲੇ 'ਚ ਹੀ ਅਸਰ ਕਰਦੀ ਆ ਜ਼ਿਆਦਾ, ਅਤੇ ਪਹਿਲਾਂ ਸਪਰੇਅ ਵੀ ਗਿੱਲੇ ਖੇਤ 'ਚ ਕਰਨੀ ਪੈਂਦੀ ਆ ਅਤੇ ਉਸ ਤੋਂ ਬਾਅਦ ਜਦੋਂ ਕੱਖ ਇਸ ਤਰ੍ਹਾਂ ਪੀਲਾ ਜਿਹਾ ਹੋ ਜਾਵੇ ਥੋੜ੍ਹਾ ਥੋੜ੍ਹਾ ਅਤੇ ਉਹ ਤੋਂ ਬਾਅਦ ਫਿਰ ਪਾਣੀ ਲਗਾਉਣਾ ਚਾਹੀਦਾ। ਇਹਦੇ ਨਾਲ ਇਸ ਦਵਾਈ ਦਾ ਪੂਰਾ ਅਸਰ ਹੋ ਜਾਂਦਾ ਅਤੇ ਜਿਹੜੇ ਨਦੀਨ ਹੁੰਦੇ ਨੇ ਮੱਕੀ 'ਚ ਕੱਖ ਵਗੈਰਾ ਸਭ ਵਧੀਆ ਤਰ੍ਹਾਂ ਸੁੱਕ ਜਾਂਦੇ ਨੇ ਅਤੇ ਖੇਤ ਵਧੀਆ ਸਾਫ਼ ਹੋ ਜਾਂਦਾ। ਤੁਸੀਂ ਦੇਖ ਸਕਦੇ ਹੋ ਜੀ ਮੱਕੀ 'ਚੋਂ ਇਸ ਟਾਈਮ ਨਦੀਨਾਂ ਦਾ ਖਾਤਮਾ ਤਕਰੀਬਨ 70% ਹੋ ਗਿਆ ਅਤੇ ਜਿਹੜੇ ਨੇੜੇ ਮਤਲਬ ਥੱਲੇ ਲੁਕੇ ਹੋਏ ਸੀਗੇ ਨਦੀਨਾਂ ਦੇ ਪੌਦੇ ਉਹ ਹੁਣ ਸੁੱਕਣੇ ਤਿਆਰ ਹੋ ਗਏ ਨੇ। ਅਤੇ ਹੁਣ ਤੁਹਾਨੂੰ ਦਵਾਈ ਦਿਖਾਉਂਦੇ ਵੀ ਆਪਾਂ ਕਿਹੜੀ ਦਵਾਈ ਸਪਰੇਅ ਕਰੀ ਸੀ ਕਿ ਜਿਸ ਨਾਲ ਮੱਕੀ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਅਤੇ ਕੇਵਲ ਨਦੀਨਾਂ ਦਾ ਖਾਤਮਾ ਹੁੰਦਾ ਹੈ। ਹਾਂਜੀ, ਆਪਾਂ ਮੱਕੀ ਦੇ ਇਹਨਾਂ ਨਦੀਨਾਂ ਦੇ ਖਾਤਮੇ ਦੇ ਲਈ ਇਸ ਟੈਂਜਰ ਸਪਰੇਅ ਦਾ ਯੂਜ਼ ਕੀਤਾ ਆਪਾਂ। ਇਹ ਬਸ ਕੰਪਨੀ ਵੱਲੋਂ ਬਣਾਈ ਗਈ ਹੈ ਅਤੇ ਇਹ ਮਤਲਬ ਇੱਕ ਸਿਲੈਕਟਿਵ ਹਰਬੀਸਾਈਡ ਆ ਕਿ ਮਤਲਬ ਇਹ ਫਸਲ ਨੂੰ ਛੱਡ ਕੇ ਕੇਵਲ ਨਦੀਨਾਂ ਦੇ ਲਈ ਖਾਤਮਾ ਕਰਦੀ ਹੈ। ਅਤੇ ਇਹਦੇ ਵਿੱਚ ਆਪਾਂ ਨੂੰ ਇਹ 2 ਤਰ੍ਹਾਂ ਦੀਆਂ ਹਿੱਸੀਆਂ ਮਿਲਦੀਆਂ ਨੇ। ਇਹ ਤਾਂ ਹੈਗੀ ਹੈ ਜਿਹੜੀ ਆਪਣੀ ਹਰਬੀਸਾਈਡ ਮਤਲਬ ਸਪਰੇਅ ਆ ਜਿਹੜੀ ਨਦੀਨ ਖਤਮ ਕਰਨ ਵਾਲੀ ਟੇਂਜਰ ਦੀ, ਇਹ ਆਪਾਂ ਨੂੰ 75 ml ਮਿਲਦੀ ਆ ਅਤੇ ਇਹ 2.5 ਕਿੱਲਿਆਂ ਦੀ ਹੈ। ਆਪਾਂ ਇੱਕ ਕਿੱਲੇ ਦੇ ਵਿੱਚ ਤਕਰੀਬਨ 30 ml ਦਾ ਯੂਜ਼ ਕਰਦੇ ਹਾਂ। ਇਹ 1 ਕਿੱਲੇ ਦੀ ਪੈਕਿੰਗ 'ਚ ਵੀ ਆਉਂਦਾ ਹੈ ਡੱਬਣਾ ਡੱਬਾ, ਅਤੇ ਇਹਦੇ ਵਿੱਚ ਤੁਹਾਨੂੰ ਜਿਹੜੀ ਸੀਸੀ ਹੈ 30 ml 'ਚ ਮਿਲਦੀ ਆ ਅਤੇ ਇਹਦੇ ਨਾਲ ਮਿਲਦੀ ਹੈ ਇੱਕ ਆਪਾਂ ਨੂੰ ਆਹ 750 ml। ਇਹ ਇੱਕ ਤਰ੍ਹਾਂ ਨਾਲ ਮਤਲਬ ਗੂੰਦ ਦੀ ਤਰ੍ਹਾਂ ਕੰਮ ਕਰਦੀ ਹੈ ਵੀ ਜਿਹਦੇ ਨਾਲ ਆਪਣੀ ਜਿਹੜੀ ਸਪਰੇਅ ਹੁੰਦੀ ਹੈ ਉਹ ਨਦੀਨਾਂ ਤੱਕ ਪੂਰੀ ਤਰ੍ਹਾਂ ਉਹਨਾਂ ਦੇ ਪੱਤਿਆਂ ਨੂੰ ਚਿਪਕ ਜਾਂਦੀ ਹੈ ਅਤੇ ਉਹਨਾਂ ਦਾ ਨਦੀਨਾਂ ਦੇ ਅੰਦਰ ਤੱਕ ਇਸ ਦਾ ਅਸਰ ਕਰਦੀ ਹੈ ਅਤੇ ਲੰਬਾ ਸਮਾਂ ਅਸਰ ਰੱਖਦੀ ਹੈ। ਨਹੀਂ ਕਈ ਵਾਰ ਹੁੰਦਾ ਨਾ ਆਪਣਾ ਵੀ ਆਪਾਂ ਅੱਜ ਸਪਰੇਅ ਕਰੀ ਤਾਂ ਅਗਲੇ ਦਿਨ ਜਾਂ ਸ਼ਾਮ ਨੂੰ ਮੀਂਹ ਪੈ ਗਿਆ ਤਾਂ ਉਹਨਾਂ ਨੁਕਸਾਨ ਆਪਣਾ ਹੋ ਜਾਂਦਾ ਹੈ ਵੀ ਆਪਣਾ ਨਦੀਨ ਮਰਦੇ ਨਹੀਂ ਆਪਣੀ ਦਵਾਈਆਂ ਵੀ ਖਰਾਬ ਹੋ ਜਾਂਦੀਆਂ ਨੇ ਅਤੇ ਉਹਦੇ ਲਈ ਇਹ ਹੈ। ਅਤੇ ਜੇ ਹੁਣ ਇਹਦੇ ਆਪਾਂ ਗੱਲ ਕਰੀਏ ਵੀ ਇਹਦਾ ਰੇਟ ਕਿੰਨਾ, ਇਹ ਆਪਾਂ ਨੂੰ ਤਕਰੀਬਨ 1 ਕਿੱਲੇ ਦੀ 1200 ਤੋਂ ਲੈ ਕੇ 1400 ਦੇ ਕਰੀਬ ਪੈ ਜਾਂਦੀ ਹੈ। ਅੱਡ ਅੱਡ ਮਤਲਬ ਦੁਕਾਨਦਾਰ ਹੁੰਦੇ ਨੇ ਅਲੱਗ, ਉਹਨਾਂ ਦਾ 150 ਰੁਪਏ ਦਾ ਇੱਧਰ ਉੱਧਰ ਫਰਕ ਵੀ ਹੁੰਦਾ ਹੈ, ਤਾਂ ਤਕਰੀਬਨ ਆਪਾਂ ਨੂੰ 1300-1400 ਦੇ ਏੜ ਗੇੜ ਇਹ ਪੈ ਜਾਂਦੀ ਹੈ 1 ਕਿੱਲੇ ਦੀ। ਅਤੇ ਇਹਦੀ ਆਪਾਂ ਵਰਤੋਂ ਉਦੋਂ ਕਰਨੀ ਆ ਜਦੋਂ ਕੱਖ ਆਪਣਾ ਹੁੰਦਾ ਤਕਰੀਬਨ 2-2 ਕੁ ਪੱਤੇ ਹੋ ਜਾਵੇ ਅਤੇ ਆਪਾਂ ਖੇਤ ਗਿੱਲਾ ਹੋਣਾ ਚਾਹੀਦਾ ਹੈ ਕਿਉਂਕਿ ਇਹ ਗਿੱਲੇ ਖੇਤ ਵਿੱਚ ਹੀ ਅਸਰ ਕਰਦੀ ਹੈ।